ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰ ਇੰਟਰਨੈਸ਼ਨਲ ਚੈਨਲ ਦੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਪੈਣਾ ਬਜ਼ੁਰਗਾਂ ਬੱਚਿਆਂ ਦਾ ਜਿਹੜੇ ਡੇਲੀ ਵੀਡੀਓ ਨੂੰ ਦੇਖਦੇ ਹਨ ਤੇ ਡੇਲੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦੇ ਹਨ ਬਾਕੀ ਜਿਹੜੀ ਸਟਾਰਟਿੰਗ ਹੈ ਜੇ ਇੱਥੋਂ ਕਰਾਂਗੇ ਕਿ ਇਟਲੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸਾਡੇ ਇੰਡੀਆ ਤੋਂ ਵੀਰ ਸਾਡੇ ਆਉਣਾ ਚਾਹੁੰਦੇ ਹਨ ਮਤਲਬ ਇੱਕ ਵਾਰ ਸਾਰਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਸ ਧਰਤੀ ਦੇ ਉੱਤੇ ਪੈਰ ਰੱਖਿਆ ਜਾਵੇ ਇਹਦੇ ਵਿੱਚ ਇਟਲੀ ਵੀ ਹੋ ਸਕਦਾ ਜਰਮਨ ਹੋ ਸਕਦਾ ਫਰਾਂਸ ਜਾਂ ਕੋਈ ਹੋਰ ਕੰਟਰੀ ਜਾਂ ਯੂਕੇ ਵੀ ਉਸੇ ਪਾਸੇ ਰਸਤਾ ਸਿੱਧਾ ਹੋਵੇ ਜਾਂ ਸਿੱਧਾ ਹੋਵੇ ਕਈ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਟਾਰਗੇਟ ਜਿਹੜਾ ਇੱਕ ਹੀ ਹੁੰਦਾ ਹੈ ਕਿ ਉਸ ਧਰਤੀ ਦੇ ਉੱਤੇ ਇੱਕ ਵਾਰ ਪੈਰ ਰੱਖਣਾ ਹੈ ਉਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਅਸੀਂ ਆ ਵੀ ਦੇਖ ਲਵਾਂਗੇ ਹੁਣ ਲੋਕ ਜਿਹੜੇ ਹਨ ਜੀ ਕਈ ਲੋਕ ਸਰਬੀਆ ਦੇ ਥਰੂ ਵੀਟਲੀ ਦੇ ਵਿੱਚ ਆਉਂਦੇ ਹਨ ਬਾਕੀ ਯੂਰੋਪੀਅਨ ਯੂਨੀਅਨ ਇੱਕ ਅਲੱਗ ਚੀਜ਼ ਹੈ ਤੇ ਯੂਰਪ ਜਿਹੜਾ ਹੈ ਜੀ ਅਲੱਗ ਹੈ ਹੁਣ ਜੇ ਤੁਸੀਂ ਯੂਰਪ ਕੰਟਰੀ ਦੀ ਗੱਲ ਕਰਾਂਗੇ ਤੇ ਇਹਦੇ ਵਿੱਚ ਕੁਝ ਕੰਟਰੀਆਂ ਇਹੋ ਜਿਹੀਆਂ ਆਉਂਦੀਆਂ ਜਿਹੜੀਆਂ ਕਿ ਯੂਰਪ ਯੂਨੀਅਨ ਦਾ ਹਿੱਸਾ ਨਹੀਂ ਜਿਦਾਂ ਕਿ ਆਈਸਲੈਂਡ ਹੋ ਗਿਆ ਨਾਰਵੇ ਹੋ ਗਿਆ ਤੇ ਇਸ ਤੋਂ ਬਾਕੀ ਤੁਹਾਨੂੰ ਇੱਥੇ ਦੱਸਦੀ ਕਿ ਸ਼ੇਨਗਨ ਵੀਜ਼ੇ ਦੇ ਵਾਸਤੇ ਬਹੁਤ ਤੇ ਵੀਰਾਂ ਦੇ ਸਵਾਲ ਆਉਂਦੇ ਹਨ ਕਿ ਸ਼ੇਨਗਨ ਦੇ ਵਿੱਚ ਜਿਉ ਕਿਹੜੇ ਕਿਹੜੇ ਦੇਸ਼ ਹਨ ਜਿਨ੍ਹਾਂ ਵਿੱਚੋਂ ਨਹੀਂ ਜਾ ਸਕਦੇ ਮਤਲਬ ਕਿ ਜਿੱਦਾਂ ਸ਼ੇਨਗਨ ਦੇ ਵਿੱਚ ਨਹੀਂ ਆਉਂਦੇ ਬੇਸੇ ਤੋਂ ਯੂਰਪੀਅਨ ਯੂਨੀਅਨ ਦੇ ਵਿੱਚ ਉਹਨਾਂ ਨੂੰ ਮੰਨਿਆ ਜਾਂਦਾ ਹੈ ਫਿਰ ਵੀ ਸ਼ੇਨਗਨ ਦੇ ਵਿੱਚ ਨਹੀਂ ਹੁੰਦੇ ਜਿੱਦਾਂ ਕਿ ਆਇਰਲੈਂਡ ਹੋ ਗਿਆ ਕ੍ਰੂਸ਼ੀਆ ਹੋ ਗਿਆ ਰੂਮਾਨੀਆ ਹੋ ਗਿਆ ਤੇ ਬੁਲਗਾਰੀਆ ਹੋ ਗਿਆ ਇਸ ਤੋਂ ਇਲਾਵਾ ਤੁਹਾਨੂੰ ਕੁਝ ਇਹੋ ਜਿਹੇ ਦੇਸ਼ ਵੀ ਦੱਸਦੇ ਹਾਂ ਜਿਹੜੇ ਕਿ ਯੂਰਪ ਦੇ ਮੱਧ ਦੇ ਵਿੱਚ ਪੈਂਦੇ ਹਨ ਫਿਰ ਵੀ ਯੂਰਪੀਅਨ ਯੂਨੀਅਨ ਦਾ ਹਿੱਸਾ ਨਹੀਂ ਹਨ ਹੁਣ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਾਨੂੰ ਅਗਰ ਇਸ ਦੇਸ਼ ਦਾ ਵੀਜ਼ਾ ਮਿਲ ਜਾਵੇ ਐਂਟਰੀ ਮਿਲ ਜਾਵੇ ਕਿਸੇ ਤਰ੍ਹਾਂ ਦੇ ਤੁਹਾਨੂੰ ਇਹ ਦੱਸ ਦਿੱਤੀ ਕਿ ਇਹਨਾਂ ਦੇ ਵਿੱਚ ਤਕਰੀਬਨ 6 ਦੇਸ਼ ਇਹੋ ਜਿਹੇ ਹਨ ਜਿਹੜੇ ਕਿ ਇੱਕ ਪਾਸੇ ਤਾਂ ਇਟਲੀ ਦੇ ਨਾਲ ਬਿਲਕੁਲ ਜਿਹੜੇ ਇਹਨਾਂ ਦੇ ਗੱਭੇ ਸਮੁੰਦਰ ਹੀ ਪੈਂਦਾ ਹੈ ਤੇ ਦੂਜੇ ਪਾਸੇ ਰូមਾਨੀਆ ਤੇ ਬੁਲਗਾਰੀਆ ਦੇ ਨਾਲ ਹੀ ਦੇਸ਼ ਜਿਹੜੇ ਘਿਰੇ ਹੋਏ ਹਨ ਤੇ ਤੀਸਰੇ ਪਾਸੇ ਉਹ ਜਿਹੜੇ ਗ੍ਰੀਸ ਦੇ ਨਾਲ ਮਤਲਬ ਯੂਰਪ ਦੇ ਇਸ ਇੱਕ ਚਾਰੇ ਪਾਸੇ ਯੂਰਪ ਦੇ ਨਾਲ ਘਿਰੇ ਹੋਏ ਦੇਸ਼ ਹਨ ਇਹਨਾਂ ਦੇ ਵਿੱਚ ਇੱਕ ਦੇਸ਼ ਦਾ ਨਾਮ ਹੈ ਜੀ ਬੋਸਨੀਆ ਤੇ ਹਰਜੋਨਵਿਆ ਦੂਸਰਾ ਹੈ ਸਰ ਸਰਬੀਆ ਇੱਕ ਉਹ ਦੇਸ਼ ਹੈ ਜਿੱਥੇ ਬਹੁਤ ਸਾਰੇ ਆਪਣੇ ਟੀਵੀ ਕਲਾਕਾਰ ਵੀ ਆਉਂਦੇ ਹਨ ਆਪਣੇ ਸ਼ੂਟਿੰਗ ਵਗੈਰਾ ਬਹੁਤ ਲੋਕ ਕਰਦੇ ਹਨ ਕਿਉਂਕਿ ਯੂਰਪ ਦੇ ਵਿੱਚ ਹੁੰਦਿਆਂ ਹੋਇਆ ਵੀ ਇਸ ਨੂੰ ਯੂਰਪੀਅਨ ਯੂਨੀਅਨ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਤੇ ਵੀਜ਼ਾ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਸਰਬੀਆ ਨਾਲ ਲੱਗਦਾ ਇੱਕ ਦੇਸ਼ ਹੈ ਜੀ ਮੋਂਟੇਨੇਗਰੋ ਉਸ ਤੋਂ ਇਲਾਵਾ ਇਹ ਹੈ ਜੀ ਕੋਸੋਵ ਅੱਗੇ ਹੈ ਜੀ ਅਲਬਾਨੀਆ ਤੇ ਨਾਰਥ ਮੈਸੀਡੋਨੀਆ ਇਹ ਜਿਹੜੇ 6 ਦੇਸ਼ ਯੂਰਪੀ ਦੇਸ਼ ਹਨ ਇਹਨਾਂ ਦੇ ਵਿੱਚ ਆਉਣਾ ਕੋਈ ਔਖਾ ਨਹੀਂ ਹੈ ਅਗਲੀ ਜਿਹੜੀ ਖਬਰ ਹੈ ਜੀ ਇਟਲੀ ਦੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਇੱਕ ਖਬਰ ਆਈ ਹੈ ਨਿਊਜ਼ ਦੇ ਵਿੱਚ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਟਲੀ ਦੇ ਵਿੱਚ ਜਿਹੜਾ ਇਸ ਟਾਈਮ ਕੈਸ਼ ਹੈ ਜੀ ਕੈਸ਼ ਦੇ ਵਿੱਚ ਵੀ ਖਾਸ ਕਰਕੇ ਜਿਹੜਾ 500 ਜੀਰੋ ਦਾ ਬੈਂਕ ਨੋਟ ਹੈ ਇਸ ਟਾਈਮ ਇਹ ਕਾਫੀ ਜਿਹੜਾ ਸਰਕੂਲੇਸ਼ਨ ਇਸ ਦਾ ਚੱਲ ਰਿਹਾ ਸਰਕੂਲੇਟ ਹੈ ਇਹ ਨੋਟ ਤੇ ਪ੍ਰੰਤੂ ਇਹਦੇ ਵਿੱਚ ਇੱਕ ਚੀਜ਼ ਜਿਹੜੀ ਸਪੈਸ਼ਲ ਦੱਸੀ ਗਈ ਹੈ ਕਿ ਉਹਨੇ ਜਿਆਦਾ ਨੋਟ ਜਿਹੜੇ ਜਾਰੀ ਨਹੀਂ ਕੀਤੇ ਗਏ ਬੈਂਕ ਦੇ ਵੱਲੋਂ ਜਿਹੜੀ ਇਟਲੀ ਦੀ ਬੈਂਕ ਹੈ ਬੈਂਕ ਆਫ ਇਟਲੀ ਹੈ ਪ੍ਰੰਤੂ ਜਿੰਨੇ ਨੋਟ ਜਿਹੜੇ ਮਾਰਕੀਟ ਦੇ ਵਿੱਚ ਚੱਲ ਰਹੇ ਹਨ ਇਹਦੇ ਪਿੱਛੇ ਹੁਣ ਕੀ ਕਾਰਨ ਕੀ ਵਜ੍ਹਾ ਹੈ ਇਸ ਚੀਜ਼ ਦੀ ਜੋ ਜਿਹੜੀ ਜਾਂਚ ਜਾਰੀ ਹੈ ਤੇ ਸਰਕਾਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਚੀਜ਼ ਦਾ ਜਿਹੜਾ ਹੱਲ ਲੱਭਿਆ ਜਾਵੇ ਕਿਉਂਕਿ ਚਿੰਤਾ ਇਸ ਗੱਲ ਦੀ ਹੈ ਕਿ ਉਹ ਕਹਿੰਦੇ ਹਨ ਕਿ ਅਸੀਂ ਜਿਹੜੇ ਇਹਨੇ ਨੋਟ ਜਾਰੀ ਨਹੀਂ ਕੀਤੇ ਜਿੰਨੇ ਕਿ ਇਸ ਟਾਈਮ ਜਿਹੜੇ ਸਰਕੂਲੇਟ ਹੋ ਰਹੇ ਹਨ ਬਾਕੀ ਦੇ ਬਾਰੇ ਅਸੀਂ ਆਪਣੇ ਕੋਲ ਕੁਝ ਵੀ ਨਹੀਂ ਕਹਿ ਸਕਦੇ ਕਿ ਨੋਟ ਜਿਹੜੇ ਕਿਸ ਤਰ੍ਹਾਂ ਦੇ ਹੋ ਸਕਦੇ ਹਨ ਮਤਲਬ ਜਾਲੀ ਹੋ ਸਕਦੇ ਹਨ ਜਾਂ ਝੂਠੀ ਹੋ ਸਕਦੇ ਹਨ ਨੈਕਸਟ ਕੋਰ ਜਿਹੜੀ ਆਪਣੀ ਉਹਨਾਂ ਲੋਕਾਂ ਦੀ ਬਾਤ ਹੈ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਹਨ ਤੇ ਟ੍ਰੇਨਾਂ ਦੇ ਵਿੱਚ ਜਿਹੜੀ ਯਾਤਰਾ ਕਰਨੀ ਚਾਹੁੰਦੇ ਹਨ ਤੇ ਇਹਦੇ ਵਾਸਤੇ ਦੱਸ ਦਈਏ ਕਿ 25 ਨਵੰਬਰ ਨੂੰ ਇੱਕ ਨਵਾਂ ਇਦੇ ਵਿੱਚ ਟ੍ਰੇਨ ਦਾ ਜਿਹੜਾ ਪਹਿਲਾ ਟ੍ਰਿਪ ਹੋਏਗਾ ਜੀ ਮੈਦ੍ਰਿਡ ਤੋਂ ਲੈ ਕੇ ਸਰਗੋਜ਼ਾ ਦਾ ਇਲਾਕਾ ਪੈਂਦਾ ਹੈ ਬਾਰਸੀਲੋਨਾ ਤੇ ਇਸ ਤੋਂ ਜਿਹੜਾ ਅੱਗੇ ਇਸ ਨੂੰ ਜੋੜਿਆ ਜਾਏਗਾ ਮੈਦ੍ਰਿਡ ਵਾਲੈਂਸੀਆ ਤੇ ਕੋਨੇਕਾ ਇਸ ਨੂੰ 16 ਦਸੰਬਰ ਤੋਂ ਜੋੜ ਦਿੱਤਾ ਜਾਏਗਾ ਤੇ ਇਹਦੇ ਵਿੱਚ ਜਿਹੜੀ ਟਿਕਟ ਦਾ ਰੇਟ ਇਹਨੇ ਦੱਸਿਆ ਕਿ ਫਰੇਚਾ ਰੋਸਾ ਜਿਹੜੀ 1000 ਹੈ ਜੀ ਮੈਦ੍ਰਿਡ ਤੋਂ ਲੈ ਕੇ ਵਾਲੈਂਸੀਆ ਤੱਕ ਦੀ 18 ਯੂਰੋ ਦੀ ਟਿਕਟ ਹੋਵੇਗੀ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਆਪਣਾ ਉਹਨਾਂ ਲੋਕਾਂ ਦੇ ਨਾਲ ਸਬੰਧਤ ਹੈ ਜਿਹੜੇ ਇੰਡੀਆ ਦੇ ਵਿੱਚ ਜਾਂਦੇ ਹਨ ਇਟਲੀ ਤੋਂ ਜਰਮਨ ਫਰਾਂਸ ਜਾਂ ਹੋਰਨਾਂ ਦੇਸ਼ਾਂ ਦੇ ਵਿੱਚੋਂ ਕੈਨੇਡਾ ਅਮਰੀਕਾ ਕੋਈ ਵੀ ਦੇਸ਼ ਹੋ ਸਕਦਾ ਮਤਲਬ ਇੰਟਰਨੈਸ਼ਨਲ ਯਾਤਰੀ ਜਿਹੜੇ ਕਿ ਇੰਡੀਆ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਇੰਡੀਆ ਦੇ ਵਿੱਚ ਐਂਟਰ ਹੁੰਦੇ ਹਨ ਉਹਨਾਂ ਦੇ ਵਾਸਤੇ ਇੰਡੀਅਨ ਸਰਕਾਰ ਦੇ ਵੱਲੋਂ ਇੱਕ ਨਵਾਂ ਜਿਹੜਾ ਫੈਸਲਾ ਕੀਤਾ ਗਿਆ ਹੈ ਸਰਕਾਰ ਨੇ ਕੀ ਕੀਤਾ ਹੈ ਕਿ ਇੰਟਰਨੈਸ਼ਨਲ ਜਿਹੜੇ ਯਾਤਰੀ ਸਨ ਜਿਹਨੂੰ ਅੰਤਰਰਾਸ਼ਟਰੀ ਯਾਤਰੀ ਵੀ ਕਹਿੰਦੇ ਆ ਇਹਨਾਂ ਦੇ ਵਾਸਤੇ ਜਿਹੜਾ 에ਅਰ ਸੂਵਿਧਾ ਫਾਰਮ ਸੀ ਇਸ ਨੂੰ ਜਿਹੜਾ ਕੈਨਸਲ ਕਰ ਦਿੱਤਾ ਹੈ ਇਸ ਸਰਕਾਰ ਨੇ ਇਹ ਕਿਹਾ ਕਿ ਏਅਰ ਸਹੂਬਿਦਾ ਪੋਰਟਲ ਦੇ ਉੱਤੇ ਆਉਣ ਵਾਲੇ ਜਿਹੜੇ ਇੰਟਰਨੈਸ਼ਨਲ ਯਾਤਰੀ ਹਨ ਉਹਨਾਂ ਦੁਆਰਾ ਜਿਹੜਾ ਭਰੇ ਜਾਣ ਵਾਲੇ ਫਾਰਮ ਹਨ ਜਿਹਨੂੰ ਆਪਾਂ ਸੈਲਫ ਡਿਕਲਰੇਸ਼ਨ ਫਾਰਮ ਵੀ ਕਹਿੰਦੇ ਹਾਂ ਇਹਨਾਂ ਦੀ ਹੁਣ ਇਸ ਟਾਈਮ ਜਿਹੜੀ ਜ਼ਰੂਰਤ ਨਹੀਂ ਹੋਵੇਗੀ ਇਹ ਫੈਸਲਾ ਜਿਹੜਾ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ ਬਾਕੀ ਜਿਸ ਤਰ੍ਹਾਂ ਕਿ ਪੂਰੇ ਵਰਲਡ ਦੇ ਵਿੱਚ ਇਸ ਟਾਈਮ ਪ੍ਰੋਬਲਮ ਚੱਲ ਰਹੀ ਹੈ ਯੂਕਰੇਨ ਤੇ ਰੂਸ ਦੀ ਦੂਜੇ ਪਾਸੇ ਚਾਈਨਾ ਤੇ ਤਾਈਵਾਨ ਦਾ ਤੁਹਾਨੂੰ ਪਤਾ ਹੈ ਝਗੜਾ ਉਸ ਦੇ ਵਿੱਚ ਚੱਲਦਾ ਹੈ ਹੁਣ ਜਿਹੜੀ ਇੱਕ ਹੋਰ ਨਵੀਂ ਮੁਸੀਬਤ ਜਿਹੜੀ ਆ ਰਹੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਤੁਰਕੀਆ ਜਿਹੜਾ ਇਸ ਦਾ ਪਹਿਲਾਂ ਨਾਮ ਤੁਰਕੀ ਸੀ ਤੇ ਬਾਅਦ ਵਿੱਚ ਇਸ ਦਾ ਨਵਾਂ ਨਾਮ ਤੁਰਕੀਏ ਕਰ ਦਿੱਤਾ ਗਿਆ ਹੈ। ਤੁਰਕੀਏ ਦੇ ਰਾਸ਼ਟਰਪਤੀ ਇਹਨਾਂ ਦੇ ਵੱਲੋਂ ਇੱਕ ਜਿਹੜਾ ਬਿਆਨ ਦਿੱਤਾ ਗਿਆ ਟਿੱਪਣੀ ਕੀਤੀ ਗਈ ਹੈ। ਗੱਲ ਜਿਹੜੀ ਸਟਾਰਟਿੰਗ ਇਸ ਤਰ੍ਹਾਂ ਹੁੰਦੀ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਰਕੀਏ ਦੇ ਵਿੱਚ ਇੱਕ ਇਲਾਕਾ ਪੈਂਦਾ ਹੈ ਇਸਤਨਾਬੂਲ। ਇਹਦੇ ਵਿੱਚ ਇੱਕ ਭੀੜ ਭਰਿਆ ਜਿਹਾ ਇਲਾਕਾ ਪੈਂਦਾ ਸੀ ਇਸਤਲਾ ਕਲਾਲ ਅਵੇਨਿਊ। ਇਹਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਜਿਹਦੇ ਵਿੱਚ 6 ਲੋਕਾਂ ਦੀ ਮੌਤ ਹੋਈ ਸੀ ਤੇ 81 ਲੋਕ ਇਸ ਦੇ ਵਿੱਚ ਘਾਇਰ ਹੋਏ ਸਨ। ਹੁਣ ਇਹ ਵੀ ਜਿਹੜੇ ਤੱਥ ਉੱਥੋਂ ਦੇ ਰਾਸ਼ਟਰਪਤੀ ਨੂੰ ਪਤਾ ਲੱਗਾ ਹੈ ਜਿਸ ਚੀਜ਼ ਦੇ ਬਾਰੇ ਉਹਨਾਂ ਨੂੰ ਲੱਗਾ ਹੈ ਕਿ ਜਿਹੜਾ ਇਸ ਦਾ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਜਿਹੜੇ ਲੋਕ ਇਸ ਦੇ ਵਾਸਤੇ ਜ਼ਿੰਮੇਵਾਰ ਹਨ ਉਹ ਕਿਹੜੀ ਜਗ੍ਹਾ ਦੇ ਉੱਤੇ ਜਿਹੜੇ ਆਪਣੇ ਕੈਂਪ ਲਾ ਕੇ ਬੈਠੇ ਹਨ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਜਿਹੜਾ ਇੱਕ ਉੱਥੇ ਪਲੈਨਿੰਗ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਇਰਾਕ ਤੇ ਸੀਰੀਆ ਦੇ ਉੱਤੇ ਜਿਹੜਾ ਤੁਰਕੀਏ ਦੇ ਵੱਲੋਂ ਹਵਾਈ ਜਿਹੜਾ ਅਭਿਆਨ ਸ਼ੁਰੂ ਕੀਤਾ ਜਾ ਸਕਦਾ ਹੈ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਦੇ ਉੱਤੇ ਹਮਲਾ ਕਰ ਸਕਦਾ ਹੈ ਤੁਰਕੀਏ ਇਰਾਕ ਤੇ ਸੀਰੀਆ ਦੇ ਉੱਤੇ ਅਗਰ ਇਸ ਤਰ੍ਹਾਂ ਦੀ ਲੜਾਈ ਸ਼ੁਰੂ ਹੁੰਦੀ ਹੈ ਤਾਂ ਦੁਨੀਆ ਦੇ ਵਿੱਚ ਜਿਹੜਾ ਤੀਸਰਾ ਮੈਦਾਨ ਵੀ ਲੜਾਈ ਦਾ ਖੁੱਲ ਜਾਵੇਗਾ ਹੁਣ ਚਲਦੇ ਹਾਂ ਜੀ ਨੈਕਸਟ ਅਪਡੇਟ ਨੈਕਸਟ ਅਪਡੇਟ ਆਪਣਾ ਕੋਲੰਬੀਆ ਦੇ ਨਾਲ ਸੰਬੰਧਿਤ ਹੈ ਕੋਲੰਬੀਆ ਦੇ ਵਿੱਚ ਉੱਥੋਂ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਮੈਡਲਿਨ ਇਹਦਾ ਇੱਕ ਰਿਆਸ਼ੀ ਇਲਾਕਾ ਪੈਂਦਾ ਹੈ ਇਹਦੇ ਵਿੱਚ ਇੱਕ ਛੋਟਾ ਜਿਹੜਾ ਜਹਾਜ਼ ਹੈ ਦੁਰਘਟਨਾਗ੍ਰਸਤ ਹੁੰਦਾ ਹੈ ਬਾਕੀ ਨੁਕਸਾਨ ਕਿੰਨਾ ਕੁ ਹੋਇਆ ਇਹਦੇ ਵਾਸਤੇ ਜਿਹੜੀ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਆਈ ਬਾਕੀ ਜਿਹੜੇ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਹਨ ਕੋਈ ਲੋਕ ਕਿਸੇ ਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ ਕੋਈ ਅਮਰੀਕਾ ਕੈਨੇਡਾ ਕੋਈ ਇੰਡੀਆ ਦੇ ਵਿੱਚ ਜਾਣਾ ਚਾਹੁੰਦਾ ਕੋਈ ਬਨਾਰਸ ਜਾਣਾ ਚਾਹੁੰਦਾ ਹੈ ਕੋਈ ਕਿਸੇ ਹੋਰ ਇਲਾਕੇ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਕੁਝ ਲੋਕ ਇਹੋ ਜਿਹੇ ਵੀ ਹਨ ਜਿਹੜੇ ਕਿ ਚੰਦ ਦੇ ਉੱਪਰ ਜਾਣਾ ਚਾਹੁੰਦੇ ਹਨ ਹੁਣ ਉਹਨਾਂ ਲੋਕਾਂ ਦੇ ਵਾਸਤੇ ਜਿਹੜੀ ਖੁਸ਼ਖਬਰੀ ਆ ਰਹੀ ਹੈ ਇਹ ਜਿਹੜੀ ਜਾਣਕਾਰੀ ਤੁਹਾਨੂੰ ਦੱਸ ਰਹੇ ਜੀ NASA ਦੇ ਵੱਲੋਂ ਉਹਨਾਂ ਦੇ ਇੱਕ ਅਧਿਕਾਰੀ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਵੈੱਬਸਾਈਟ ਹੈ BBC ਵਾਲਿਆਂ ਦੀ ਉਹਨਾਂ ਦੇ ਉੱਤੇ ਜਿਹੜੀ ਜਾਣਕਾਰੀ ਸ਼ੇਅਰ ਕੀਤੀ ਹੈ ਉਹਨਾਂ ਨੇ ਦੱਸਿਆ ਕਿ 2030 ਤੱਕ ਜਿਹੜਾ ਇਨਸਾਨ ਹੈ ਜੀ ਚੰਦ ਦੇ ਉੱਤੇ ਰਹਿ ਸਕਦਾ ਹੈ ਪੂਰੀ ਪੂਰੀ ਇਸ ਚੀਜ਼ ਦੀ ਜਿਹੜੀ ਸੰਭਾਵਨਾ ਉਹਨਾਂ ਨੇ ਜਿਤਾਈ ਹੈ ਜਿਹੜੇ ਉੱਥੋਂ ਦੇ ਡਾਇਰੈਕਟਰ ਹਨ ਜਿਹੜੇ ਮੇਨ ਇਸ ਚੀਜ਼ ਦਾ ਜਿਹੜ ਜਿਹੜਾ ਨਾਮ ਹੈ ਹਾਰਵਰਡ ਹੂ ਇਹਨਾਂ ਨੇ ਕਿਹਾ ਕਿ 2030 ਦੇ ਵਿੱਚ ਇਨਸਾਨ ਜਿਹੜਾ ਚੰਦ ਦੇ ਉੱਤੇ ਐਕਟਿਵ ਹੋ ਸਕਦਾ ਹੈ ਜਿਹਦੇ ਵਾਸਤੇ ਤੇ ਉਹਨਾਂ ਦੇ ਰਹਿਣ ਵਾਸਤੇ ਇੱਕ ਬਸਤੀ ਵੀ ਬਣਾਈ ਜਾਵੇਗੀ ਤੇ ਉਹਨਾਂ ਦੇ ਕੰਮ ਨੂੰ ਸਪੋਰਟ ਕਰਨ ਦੇ ਵਾਸਤੇ ਜਿਹੜੇ ਰੋਵਰਸ ਵੀ ਉੱਥੇ ਲਗਾਏ ਜਾਣਗੇ ਮਤਲਬ ਇਸ ਤਰ੍ਹਾਂ ਹੈ ਕਿ ਕਾਫੀ ਲੰਬੇ ਸਮੇਂ ਤੱਕ ਜਿਹੜੇ ਹੁਣ ਇਨਸਾਨ ਚੰਦ ਦੇ ਉੱਤੇ ਰਹਿ ਸਕਦੇ ਹਨ ਫਿਲਹਾਲ ਜਿਹੜਾ ਹੈ ਜੀ ਉੱਥੇ ਚੰਦ ਦੇ ਉੱਤੇ ਰਹਿਣਾ ਬਹੁਤ ਔਖਾ ਹੈ ਮਤਲਬ ਇੰਪੋਸੀਬਲ ਹੈ ਫਿਲਹਾਲ ਇਸ ਟਾਈਮ ਨੈਕਸਟ ਕਵਰ ਜਿਹੜੀ ਆਪਣੀ ਬਹੁਤ ਇੱਕ ਹੈਰਾਨ ਕਰਨ ਵਾਲੀ ਖਬਰ ਮੈਕਸੀਕੋ ਤੋਂ ਇਹ ਖਬਰ ਆਈ ਹੈ ਦੇਸ਼ ਦੇ ਵਿੱਚ ਗੈਂਗਵਾਰ ਤੇ ਡਰੱਗ ਮਾਫੀਆ ਬਹੁਤ ਜ਼ਿਆਦਾ ਉੱਥੇ ਚੱਲ ਰਿਹਾ ਹੈ ਖਬਰਾਂ ਉੱਥੇ ਨਾਰਮਲ ਹਨ ਇਸ ਚੀਜ਼ ਦੀਆਂ ਕੋਈ ਜੀ ਹਫ਼ਤਿਆਂ ਦੇ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ 300 ਲੋਕਾਂ ਦੀ ਮੌਤ ਜਿਹੜੀ ਗੈਂਗਵਾਰ ਦੇ ਚੱਲਦੇ ਉੱਥੇ ਹੋਈ ਹੈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਹੁਣ ਇਹ ਤਾਂ ਗੱਲ ਹੋ ਗਈ ਇੱਥੇ ਤੱਕ ਇਸ ਤੋਂ ਜਿਹੜੀ ਅੱਗੇ ਹੈਰਾਨ ਕਰਨ ਵਾਲੀ ਗੱਲ ਇਹਦੇ ਵਿੱਚ ਇਹ ਹੈ ਕਿ ਉੱਥੇ ਇੱਕ ਕੁੱਤੇ ਨੂੰ ਦੇਖਾਇਆ ਜਾਂਦਾ ਹੈ ਇੱਕ ਕੁੱਤਾ ਇੱਕ ਆਦਮੀ ਦਾ ਹੱਥ ਜਿਹੜਾ ਸੀ ਉਹ ਮੂੰਹ ਦੇ ਵਿੱਚ ਲੈ ਕੇ ਘੁੰਮ ਰਿਹਾ ਸੀ ਮਤਲਬ ਸਿਰਫ ਉਸ ਦੇ ਵਿੱਚ ਹੱਥ ਸੀ ਉਸ ਦੇ ਮੂੰਹ ਦੇ ਵਿੱਚ ਮਲੇ ਉਸ ਤੋਂ ਬਾਅਦ ਜਦੋਂ ਇਹ ਗੱਲ ਫੈਲਦੀ ਹੈ ਤਾਂ ਜਿਹੜਾ ਕੁੱਤਾ ਸੀ ਉਸ ਦੀ ਛਾਣਪੀਣ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਹੈ ਕਿ ਕੁੱਤਾ ਕਿੱਥੋਂ ਕਿੱਥੇ ਤੱਕ ਘੁੰਮਿਆ ਹੈ ਬਾਅਦ ਵਿੱਚ ਪਤਾ ਲੱਗਿਆ ਜਦੋਂ ਖੋਜ ਵੀ ਨਹੀਂ ਹੋਈ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ 53 ਬੂਰੇ ਜਿਹੜੇ ਕਿ ਭਰ ਕੇ ਜ਼ਮੀਨ ਦੇ ਵਿੱਚ ਗੱਡੇ ਹੋਏ ਸਨ ਜਿਨ੍ਹਾਂ ਦੇ ਵਿੱਚ ਕੰਕਾਲ ਸਨ ਇਸੇ ਤੋਂ ਨਹੀਂ ਦੱਸਦੀ ਕਿ ਮੈਕਸੀਕੋ ਦਾ ਇਹ ਇਲਾਕਾ ਜਿਹਦੇ ਵਿੱਚ ਇਨਸਾਨਾਂ ਦੇ ਜਿੱਦਾਂ ਕਿ ਅਵਸ਼ੇਸ਼ ਢੇਰ ਮਿਲੇ ਹਨ ਇਹ ਇੱਕ ਫੈਕਟਰੀ ਵਾਲਾ ਏਰੀਆ ਹੈ ਜੋ ਕਿ ਇੱਕ ਏਰੀਆ ਹੈ ਹੁਣ ਇਸ ਘਟਨਾ ਦੇ ਨਾਲ ਜਿਹੜਾ ਇੱਥੇ ਇੱਕ ਹੜਕੰਪ ਮੱਚ ਚੁੱਕਾ ਹੈ ਹੁਣ ਜਿਹੜੀਆਂ ਏਜੰਸੀਆਂ ਵਗੈਰਾ ਹਨ ਜਿੱਦਾਂ ਕਿ ਫੋਰੈਂਸਿਕ ਵਿਭਾਗ ਜਿਹੜਾ ਹੈ ਜੀ ਇਸ ਟਾਈਮ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਬੰਦਿਆਂ ਦੀ ਜਿਹੜੀ ਡੈੱਡ ਬੋਡੀ ਕਿਸ ਦੀਆਂ ਹਨ ਇਸ ਚੀਜ਼ ਦੀ ਪਹਿਚਾਨ ਕੀਤੀ ਜਾਵੇ ਕੱਲ ਜਿੱਦਾਂ ਕਿ ਇੰਡੋਨੇਸ਼ੀਆ ਦੇ ਵਿੱਚ ਪਚਾਰ ਆਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਪਚਾਰ ਆਇਆ ਹੈ ਜਿਹੜਾ ਗ੍ਰੀਸ ਦੇ ਵਿੱਚ ਆਇਆ ਹੈ ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ EMSC ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਰਹੇ ਕਿ ਜਿਹੜਾ ਪਚਾਰ ਹੈ ਇਹ ਵੀ 1:25 ਮਿੰਟ ਤੇ ਆਇਆ ਹੈ ਇਹਦੇ ਛੱਟ ਕੇ ਮਿਸਰ ਦੇ ਇਲਾਕੇ ਦੇ ਵਿੱਚ ਆਏ ਪਾਇਨ ਇਹਦੀ ਜਿਹੜੀ ਤੀਬਰਤਾ 5.5 ਮਾਪੀ ਗਈ ਹੈ। ਬਾਕੀ ਸਮੁੰਦਰੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਣ। ਕਿਉਂਕਿ ਜਦੋਂ ਉਪਚਾਲ ਆਉਂਦਾ ਸਮੁੰਦਰ ਦੇ ਵਿੱਚ ਕਈ ਵਾਰ ਛਲਕਾ ਪੈਣ ਦੀ ਸੰਭਾਵਨਾ ਹੁੰਦੀ ਜਿਸ ਨੂੰ ਤੁਸੀਂ ਦੂਸਰੀ ਭਾਸ਼ਾ ਦੇ ਵਿੱਚ ਸੁਨਾਮੀ ਵੀ ਕਹਿ ਸਕਦੇ ਹੋ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।